ਜੀ, ਜੇ ਅਸੀਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ੍ਹ ਦਾ ਮੈਕਸੀਮਮ ਟੈਂਪਰੇਚਰ 18.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਮੈਕਸੀਮਮ ਟੈਂਪਰੇਚਰ 18.3 ਡਿਗਰੀ ਸੈਂਟੀਗ੍ਰੇਡ ਸੀ। ਔਰ ਇਸੀ ਤਰ੍ਹਾਂ ਜੋ ਅੱਜ ਦਾ ਮਿਨੀਮਮ ਟੈਂਪਰੇਚਰ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 5.5 ਡਿਗਰੀ ਸੈਂਟੀਗ੍ਰੇਡ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਜਿਹੜਾ ਨੋਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ, ਜਦੋਂ ਕਿ ਡੇ ਟਾਈਮ ਟੈਂਪਰੇਚਰ ਕੱਲ੍ਹ ਦਾ ਨੋਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਜਿਹੜਾ ਉਹ ਉੱਪਰ ਰਿਕਾਰਡ ਕੀਤਾ ਗਿਆ। ਔਰ ਜੇ ਅਸੀਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਕੱਲ੍ਹ ਬੜੀ ਸੰਘਣੀ ਧੁੰਦ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਅਸੀਂ ਓਬਜ਼ਰਵ ਕਰ ਰਹੇ ਹਾਂ। ਅੱਜ ਵੀ ਕਾਫੀ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਪਈ ਹੋਈ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਹੀ ਹਲੇ ਸੰਘਣੀ ਧੁੰਦ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ, ਕਿਉਂਕਿ ਪਿੱਛੇ ਅਸੀਂ ਕੋਈ ਸਿਸਟਮ ਨਹੀਂ ਓਬਜ਼ਰਵ ਕਰ ਰਹੇ। ਸੋ ਬਾਰਿਸ਼ ਦੀ ਹਲੇ ਕੋਈ ਪ੍ਰੈਡਿਕਸ਼ਨ ਨਹੀਂ ਹੈ, ਬਟ ਸੰਘਣੀ ਧੁੰਦ ਕਾਫੀ ਥਾਵਾਂ 'ਤੇ ਹੋ ਸਕਦੀ ਹੈ, ਔਰ ਇਹਦੇ ਵਾਸਤੇ IMD ਵੱਲੋਂ ਅੱਜ ਜਿਹੜਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ, ਔਰ ਕੱਲ੍ਹ ਤੋਂ ਆਉਣ ਵਾਲੇ ਜਿਹੜੇ 3 ਦਿਨ ਨੇ ਉਹਨਾਂ ਦੇ ਵਾਸਤੇ ਜਿਹੜਾ ਔਰੇਂਜ ਅਲਰਟ IMD ਵੱਲੋਂ ਜਾਰੀ ਕੀਤਾ ਗਿਆ ਹੈ। ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਸੰਘਣੀ ਧੁੰਦ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਹੀ ਐਕਸਪੈਕਟਡ ਹੈ। ਸੋ ਜੇ ਤੁਹਾਡੇ ਕੋਈ ਟਰੈਵਲ ਪਲੈਨਸ ਨੇ ਤਾਂ ਉਹਨਾਂ ਨੂੰ ਜ਼ਰੂਰ ਤੁਸੀਂ ਉਹਨਾਂ ਵੱਲ ਧਿਆਨ ਦਿਓ। ਜੇ ਬਹੁਤ ਜ਼ਰੂਰੀ ਹੈ ਤਾਂ ਹੀ ਸਫ਼ਰ ਕਰੋ, ਅਦਰਵਾਈਜ਼ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਰੋਡ ਸੇਫਟੀ ਅਤੇ ਵਿਜੀਬਿਲਟੀ ਬੜੀ ਘੱਟ ਜਾਂਦੀ ਮੈਮ, ਉਹਨਾਂ ਵਾਸਤੇ ਕੁਛ ਮੈਸੇਜ ਰਹਿਣਗੇ ਕਿਸ ਤਰ੍ਹਾਂ? ਬਿਲਕੁਲ ਜੀ, ਰੋਡ ਸੇਫਟੀ ਲਈ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਾਫੀ ਖਤਰਨਾਕ ਹੁੰਦੀਆਂ ਨੇ, ਵਿਜੀਬਿਲਿਟੀ ਕਾਫੀ ਘੱਟ ਜਾਂਦੀ ਹੈ। ਜਿਹੜੀ ਅੱਜ ਕੱਲ੍ਹ ਸੰਘਣੀ ਧੁੰਦ ਚੱਲ ਰਹੀ ਹੈ ਇਹਦੇ ਵਿੱਚ ਵਿਜੀਬਿਲਿਟੀ 50 ਮੀਟਰ ਤੋਂ ਵੀ ਘੱਟ ਜਾਂਦੀ ਹੈਗੀ ਹੈ। ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ, ਇਸੀ ਲਈ ਅਸੀਂ ਵਾਰੀ ਵਾਰੀ ਸਾਰਿਆਂ ਨੂੰ ਇਹੀ ਸਲਾਹ ਦੇ ਰਹੇ ਹਾਂ ਕਿ ਜੇ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਤੁਸੀਂ ਟਰੈਵਲ ਕਰੋ, ਨਹੀਂ ਤਾਂ ਨਾ ਕਰੋ। ਔਰ ਸੈਕਿੰਡਲੀ, ਟਰੈਵਲ ਕਰ ਵੀ ਰਹੇ ਹੋ ਤਾਂ ਬਹੁਤ ਧਿਆਨ ਨਾ ਕਰੋ, ਫੋਗ ਲਾਈਟਸ ਯੂਜ਼ ਕਰੋ ਔਰ ਆਪਦਾ ਧਿਆਨ ਰੱਖੋ। ਕੋਈ ਰਿਕਾਰਡ ਵੀ ਹੋਇਆ ਜੀ, ਕੋਈ ਬ੍ਰੇਕ ਵਗੈਰਾ ਕੁਛ ਇਸ ਤਰ੍ਹਾਂ ਦਾ? ਨਹੀਂ ਜੀ, ਰਿਕਾਰਡ ਕਿਸੇ ਤਰ੍ਹਾਂ ਦਾ ਬ੍ਰੇਕ ਨਹੀਂ ਹੋਇਆ। ਜੋ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ, ਨੋਰਮਲ ਤੋਂ ਥੋੜ੍ਹਾ ਉੱਪਰ ਜ਼ਰੂਰ ਚੱਲ ਰਿਹਾ ਹੈਗਾ, ਬਟ ਕੁਛ ਐਬਨੋਰਮਲ ਕੰਡੀਸ਼ਨਸ ਨਹੀਂ ਹੈਗੀਆਂ, ਨੀਅਰ ਨੋਰਮਲ ਹੀ ਚੱਲ ਰਹੀਆਂ ਨੇ। ਅਤੇ ਫਾਰਮਰਸ ਵਗੈਰਾ ਕਿਉਂਕਿ ਅੱਜ ਕੱਲ੍ਹ ਫੋਗ ਚੱਲ ਰਹੀ ਹੈ, ਸੋ ਫੋਗ ਦਾ ਫਸਲਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ, ਰਾਦਰ ਇਹ ਠੀਕ ਹੀ ਹੁੰਦੀ ਹੈ ਫਸਲਾਂ ਵਾਸਤੇ, ਕਿਉਂਕਿ ਇਹਦੇ ਨਾਲ ਫਸਲਾਂ ਨੂੰ ਥੋੜ੍ਹਾ ਮੋਇਸਚਰ ਮਿਲ ਜਾਂਦਾ। ਸੋ ਜਿਹੜੇ ਨੋਰਮਲ ਫਾਰਮ ਓਪਰੇਸ਼ਨਸ ਨੇ ਫਾਰਮਰਸ, ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ।